ਮੈਂ ਤਾਰਾ ਨਾਮ ਦੀ ਔਰਤ ਨਾਲ ਇਸ ਕਮਰੇ ਵਿੱਚ ਹਾਂ ਤਾਰਾ ਨੂੰ ਵਰਚੁਅਲ ਪੋਨੋਗ੍ਰਾਫੀ ਦਾ ਇਸਤੇਮਾਲ ਕਰਕੇ ਸਿਰਜਿਆ ਗਿਆ ਹੈ ਇੱਕ ਡਾਂਸ ਪੋਜ਼ ਹੈ ਵੈਸੇ ਤਾਂ ਤਾਰਾ ਪੂਰੇ ਕੱਪੜਿਆਂ ਦੇ ਵਿੱਚ ਨਜ਼ਰ ਆ ਰਹੀ ਹੈ ਪਰ ਇਸ ਵਿੱਚ ਜ਼ਿਆਦਾਤਰ ਸਮੱਗਰੀ ਉਤੇਜਕ ਹੈ ਇਸ ਵਿੱਚ ਗੁਪਤੰਗਾਂ ਨੂੰ ਲੈ ਕੇ ਕਾਫੀ ਚੀਜ਼ਾਂ ਕੀਤੀਆਂ ਗਈਆਂ ਹਨ ਫੇਬੀਅਨ ਵਰਚੁਅਲ ਰਿਐਲਿਟੀ ਐਕਸਪਰਟ ਨੇ ਅਤੇ ਯੂਰੋਪੀਅਨ ਪਾਰਲੀਮੈਂਟ ਵਿੱਚ ਤਕਨੀਕੀ ਸਲਾਹਕਾਰ ਨੇ ਉਹ ਇੱਥੇ ਦਿਖਾ ਰਹੇ ਨੇ ਕਿ ਇਹ ਕਿਵੇਂ ਕੰਮ ਕਰਦਾ ਹੈ ਇਸ ਗੇਮ ਦਾ ਨਾਮ ਹੈ ਵਟਾਮੈਟ ਇਹ ਯੂਜ਼ਰ ਨੂੰ ਵਰਚੁਅਲ ਰਿਐਲਿਟੀ ਪੌਨ ਤਿਆਰ ਕਰਨ ਦਿੰਦਾ ਹੈ ਜੋ ਵੀ ਉਹ ਕਲਪਨਾ ਕਰਦੇ ਨੇ ਸੋ ਬੋਰ ਆਈ ਊਡ ਲੋਕ ਇਸ ਨੂੰ ਗੈਰ ਕਾਨੂੰਨੀ ਢੰਗ ਨਾਲ ਵਰਤ ਰਹੇ ਹਨ ਮੈਨੂੰ ਇਸੇ ਦੀ ਚਿੰਤਾ ਹੈ ਇਲੀਗਲੀ ਪਰ ਕਾਫੀ دیر ਹੋ ਗਈ ਹੈ ਇਹ ਸਭ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਵਟਾਮੈਟ ਕਹਿੰਦਾ ਹੈ ਕਿ ਇਸਨੇ ਕਾਫੀ احتیاطی ਕਦਮ ਚੁੱਕੇ ਨੇ ਅਤੇ ਉਹ ਇਸ ਦੇ ਗੈਰ ਕਾਨੂੰਨੀ ਇਸਤੇਮਾਲ ਦੇ ਸਖਤ ਖਿਲਾਫ ਨੇ ਪਰ ਅਸੀਂ ਦੇਖਿਆ ਹੈ ਕਿ ਲੋਕ ਸੈਕਸ ਸੀਨ ਦੇ ਵਿੱਚ ਇਸਤੇਮਾਲ ਕਰਨ ਲਈ ਇੱਥੇ ਚਾਈਲਡ ਮਾਡਲ ਤਿਆਰ ਕਰ ਰਹੇ ਨੇ। ਇੱਥੇ ਦੇਖੋ, ਇੱਥੇ ਇੱਕ ਯੂਜ਼ਰ ਨੌਜਵਾਨ ਕੁੜੀਆਂ ਦੇ ਅਵਤਾਰ ਨੂੰ ਵੇਚ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਟੀਨਸ ਐਂਡ ਟਵਿਨਸ। ਇੱਥੇ ਉਹਨਾਂ ਨੂੰ 10, 12 ਅਤੇ 15 ਸਾਲ ਦਾ ਬਣਾ ਕੇ ਵੇਚਿਆ ਜਾ ਰਿਹਾ ਹੈ। ਇਹਨਾਂ ਹੀ ਨਹੀਂ, ਉਸ ਨੇ ਵਿੱਚ ਤੇ ਇੱਕ ਬੱਚੀ ਦੀ ਅਸਲੀ ਤਸਵੀਰ ਦੀ ਵਰਤੋਂ ਕਰਦਿਆਂ ਇੱਕ ਇਤਰਾਜ਼ਯੋਗ 3D ਮਾਡਲ ਤਿਆਰ ਕੀਤਾ ਹੈ। ਬਟ VR VR ਹੀ ਇੱਕ ਵਰਚੁਅਲ ਇਕਲੋਤੀ ਚੀਜ਼ ਨਹੀਂ ਹੈ ਜਿਸ ਦੀ ਵਰਤੋਂ ਕਰਕੇ ਚਾਈਲਡ ਅਬਿਊਜ਼ ਸਮੱਗਰੀ ਤਿਆਰ ਕੀਤੀ ਜਾ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਪ੍ਰੋਫਾਈਲਸ ਨੂੰ ਅਜਹੀਆਂ ਤਸਵੀਰਾਂ ਤਿਆਰ ਕਰਨ ਦੀ ਸਹੂਲਤ ਦਿੰਦਾ ਹੈ ਜਿਹੋ ਜੀਆਂ ਉਹ ਚਾਹੁੰਦੇ ਨੇ ਅਜਿਹੀਆਂ ਕਿ ਜਿਸ ਵਿੱਚ ਅਸਲੀ ਅਤੇ ਨਕਲੀ ਵਿੱਚ ਫਰਕ ਕਰਨਾ ਔਖਾ ਹੋ ਜਾਵੇ ਇਹ ਲੋਕ AI ਇਮੇਜ ਜਨਰੇਟ ਸਟੇਬਲ ਡਿਫਿਊਜ਼ਨ ਦੀ ਵਰਤੋਂ ਕਰ ਰਹੇ ਨੇ ਉਹਨਾਂ ਨੂੰ ਸਿਰਫ ਇਹ ਦੱਸਣਾ ਹੈ ਕਿਉਂ ਕੀ ਚਾਹੁੰਦੇ ਨੇ ਅਤੇ ਇਹ ਪ੍ਰੋਗਰਾਮ ਉਹਨਾਂ ਦਾ ਕੰਮ ਕਰ ਰਿਹਾ ਹੈ। ਅਜਿਹੀ ਸਮੱਗਰੀ ਦਾ ਹੜਾ ਆਇਆ ਹੋਇਆ ਹੈ। ਆਕਟਾਵੀਆ ਨੇ ਇਸ ਦੁਨੀਆ ਨੂੰ ਸਮਝਣ ਲਈ ਮਹੀਨੇ ਲਗਾਏ ਨੇ। ਮੇਨਸਟ੍ਰੀਮ ਪਲੇਟਫਾਰਮ ਤੇ ਮੌਜੂਦ ਪੀਡੋਫਾਈਲਸ AI ਨਾਲ ਤਿਆਰ ਕੀਤੀਆਂ ਗਈਆਂ ਗੈਰਕਾਨੂੰਨੀ ਤਸਵੀਰਾਂ ਨੂੰ ਸਾਂਝਾ ਕਰ ਰਹੇ ਨੇ ਅਤੇ ਵੇਚ ਵੀ ਰਹੇ ਨੇ। ਇਹ ਵੱਡੇ ਪੱਧਰ ਤੇ ਹੋ ਰਿਹਾ ਹੈ ਅਤੇ ਲੋਕ ਕਹਿ ਰਹੇ ਹਨ ਕਿ ਉਹ ਹਰ ਮਹੀਨੇ ਘਟੋ-ਘਟ ਅਜਿਹੀਆਂ 1000 ਤਸਵੀਰਾਂ ਤਿਆਰ ਕਰ ਸਕਦੇ ਹਨ। ਅਸੀਂ ਇਸ ਨੂੰ ਸਬਸਕ੍ਰਾਈਬ ਕਰਨ ਲਈ ਪੈਸੇ ਨਹੀਂ ਦਿੰਦੇ ਅਤੇ ਕਿਸੇ ਗੈਰਕਾਨੂੰਨੀ ਤਸਵੀਰ ਨੂੰ ਨਹੀਂ ਦੇਖਿਆ। पर सानू कमेंट ਅਤੇ ਹੈਸ਼ਟੈਗ ਖਾਸ ਤੌਰ ਤੇ ਦਿਖ ਰੇ ਸਨ ਸਿਰਫ ਕੁੜੀਆਂ ਜਾਂ ਨੌਜਵਾਨਾਂ ਲਈ ਹੀ ਨਹੀਂ ਸਗੋਂ ਛੋਟੇ ਬੱਚੇ ਅਤੇ ਬੱਚੀਆਂ ਬਾਰੇ ਵੀ ਗੱਲ ਹੁੰਦੀ ਹੈ 6 ਤੋਂ 12 ਵਿਚੋਂ ਇਹ ਹੈਰਾਨ ਕਰਨ ਵਾਲਾ ਹੈ ਅਕਸਰ ਰੇਪ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਬੇਸ਼ਰਮੀ ਨਾਲ ਬੱਚਿਆਂ ਦਾ ਰੇਪ ਫਿਲਹਾਲ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਪੁਲਿਸ ਨੂੰ ਡਰ ਹੈ ਕਿ AI ਨਾਲ ਤਿਆਰ ਕੀਤੀਆਂ ਗਈਆਂ ਤਸਵੀਰਾਂ ਦੇ ਹੜ ਵਿਚਾਲੇ ਅਸਲੀ ਪੀੜਤਾਂ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਵੇਗਾ ਇਸ ਲਈ ਉਹ ਚਾਹੁੰਦੇ ਨੇ ਕਿ ਵੱਡੀਆਂ ਟੈਕ ਕੰਪਨੀਆਂ ਇਸ ਨੂੰ ਲੈ ਕੇ ਕਦਮ ਚੁੱਕਣ ਕਿ ਇਹ ਬੇहद ਨਿੰਦਣਯੋਗ ਹੈ ਕਿ ਕੰਪਨੀਆਂ ਵੱਡਾ ਮੁਨਾਫਾ ਕਮਾ ਰਹੀਆਂ ਹਨ ਪਰ ਨੈਤਿਕ ਜ਼ਿੰਮੇਵਾਰੀ ਨਹੀਂ ਲੈ ਰਹੀਆਂ ਤਾਂ ਕਿ ਅਸੀਂ ਸਮਝੀਏ ਕਿ ਸਭ ਚੀਜ਼ਾਂ ਬਹੁਤ ਅੱਗੇ ਪਹੁੰਚ ਗਈਆਂ ਨੇ ਲੱਗਦਾ ਇਦਾਂ ਹੀ ਰਿਹਾ ਪਰ ਇਹਨਾਂ ਨੂੰ ਠੀਕ ਕਰਨ ਦੀ ਕੀ ਕੀਮਤ ਅਦਾ ਕਰਨੀ ਪਵੇਗੀ ਇਨਸਾਨੀ ਕੀਮਤ ਇਸ ਤਕਨੀਕ ਨੂੰ ਤਿਆਰ ਕਰਨ ਵਾਲੀ ਕੰਪਨੀ ਸਟੈਬਿਲਿਟੀ AI ਨੇ ਸਾਨੂੰ ਕਿਹਾ ਹੈ ਕਿ ਉਹਨਾਂ ਦੇ ਸਾਰੇ ਪਲੇਟਫਾਰਮਾਂ ਤੇ ਕਿਸੇ ਗੈਰਕਾਨੂੰਨੀ ਜਾਂ ਫਿਰ ਅਨੈਤਿਕ ਕੰਮ ਲਈ ਇਸ ਦੀ ਦੁਰਵਰਤੋਂ ਪਾਬੰਦੀਸ਼ੁਦਾ ਹੈ ਉਹ ਕਹਿੰਦੇ ਨੇ ਕਿ ਸਾਡੇ ਪ੍ਰੋਡਕਟਸ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਏਜੰਸੀਆਂ ਦੀ ਕਾਰਵਾਈ ਦਾ ਅਸੀਂ ਸਮਰਥਨ ਕਰਦੇ ਹਾਂ ਵਰਚੁਅਲ ਰਿਐਲਿਟੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਨਵੀਂ ਤਕਨੀਕ ਤੇ ਨਵੀਂ ਦੁਨੀਆ ਪਰ ਵੱਡਾ ਖਤਰਾ ਵੀ